ਚੰਡਾ ਲੱਗਦਾ ਨਾ, ਇੰਨੀ ਰਾਤ ਨੂੰ ਇੱਥੇ ਕੀ ਕਰਨਾ ਹੈ? ਮੰਮੀ ਇਹ ਤਾਂ ਬੇਹੋਸ਼ ਹੈ। ਮਰਨ ਦੇ, ਆਪਣਾ ਕੀਤਾ ਅੱਗੇ ਆਉਂਦਾ, ਚੱਲ ਉੱਠ ਚੱਲ ਅੰਦਰ। ਨਹੀਂ ਮੰਮੀ, ਇੰਨੀ ਬੇਰਹਿਮ ਨਾ ਬਣ, ਜੇਕਰ ਇਹਨੂੰ ਇੱਦਾਂ ਹੀ ਛੱਡ ਦਿੱਤਾ ਤੇ ਮਰ ਜਾਏਗਾ। ਤੇ ਮਰਨ ਦੇ। ਤੂੰ ਹਲਦੀ ਪਾ ਕੇ ਦੁੱਧ ਗਰਮ ਕਰਕੇ ਲਿਆ ਤੇ ਮੈਂ ਇਹਦੀ ਫਸਟ ਏਡ ਕਰਦੀ। ਮੰਮੀ ਪੱਟੀ ਹੋ ਗਈ ਹੈ? ਹਾਂ ਹੋ ਗਈ ਹੈ। ਤੁਸੀਂ? ਹਾਂ ਅਸੀਂ। ਰਾਤੀ ਤੇਰਾ ਸਕੂਟਰ ਉਲਟਿਆ ਪਿਆ ਸੀ ਘਰ ਦੇ ਬਾਹਰ, ਚੋਟ ਤੇ ਜ਼ਿਆਦਾ ਨਹੀਂ ਲੱਗੀ ਪਰ ਖੂਨ ਬਹੁਤ ਨਿਕਲ ਗਿਆ। ਲੈ ਦੁੱਧ ਪੀ ਲੈ। ਨਹੀਂ। ਐ ਪੀ ਲੈ ਪੀ ਲੈ, ਉੱਠਣ ਦੀ ਤਾਕਤ ਆ ਜਾਊਗੀ। ਕੁਝ ਕਹਿਣ ਦੀ ਜ਼ਰੂਰਤ ਨਹੀਂ। ਥੈਂਕ ਯੂ, ਮੈਂ ਹੁਣ ਚੱਲਾਂਗਾ। ਨਾ ਕਿਵੇਂ ਜਾਵੇਂਗਾ ਤੂੰ, ਰਾਤ ਦੇ 2 ਵਜੇ ਆ, ਹਾਂ ਉੱਠਣ ਦੀ ਤੇਰੇ 'ਚ ਤਾਕਤ ਨਹੀਂ, ਸਕੂਟਰ ਤੇਰਾ ਉਲਟਾ ਪਿਆ। ਚਲਾ ਜਾਵਾਂਗਾ ਕਿਸੇ ਵੀ ਤਰੀਕੇ ਨਾਲ। ਇਹਨੂੰ ਕਹਿ ਜੇ ਸੌਣਾ ਚਾਹੁੰਦਾ ਤੇ ਇੱਥੇ ਹੀ ਪਿਆ ਰਵੇ, ਸਵੇਰੇ ਉੱਠਦਿਆਂ ਹੀ ਮੈਂ ਸਕੂਟਰ ਬੁਲਾ ਦਿਆਂਗੀ। ਮੇਰੇ ਕਹਿਣ ਤੇ ਉਹਨਾਂ ਨੇ ਜਗਦੀਸ਼ ਨੂੰ ਕੰਮ ਤੇ ਵਾਪਸ ਬੁਲਾ ਲਿਆ। ਤੇ ਹੁਣ ਕਰਨ ਦਾ ਕੀ ਇਰਾਦਾ ਹੈ? ਫਿਲਹਾਲ ਤੇ ਮੈਂ ਉਹਨਾਂ ਦੇ ਅਕਾਊਂਟਸ ਦੇ ਰਿਕਾਰਡਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ। ਹੁਣ ਕੌਣ ਦੇਖ ਰਿਹਾ ਉਹਨਾਂ ਦੇ ਰਿਕਾਰਡਸ? ਉਹ ਅਗਰ ਆਪਣਾ ਨੰਦਾ ਚਾਰਟਰਡ ਅਕਾਊਂਟੈਂਟ। ਦੇਖ ਪੁੱਤਰ, ਕੋਈ ਵੀ ਕੰਮ ਕਰਨ ਤੋਂ ਪਹਿਲਾਂ 4 ਵਾਰ ਸੋਚ ਲੈਣਾ। ਹਰਬੰਸ ਚੱਡਾ ਤੇ ਉਹਦੀ ਕੰਪਨੀ ਨਾਲੋਂ ਵਾਧੂ ਇੰਪੋਰਟੈਂਟ ਹੈ ਸਾਡੀ ਆਪਣੀ ਪ੍ਰੈਸਟੀਜ। ਮੈਂ ਸਮਝਦਾ ਡੈਡੀ। ਦੇਖ ਪੁੱਤਰ, ਇਹ ਤੇਰੇ ਕੈਰੀਅਰ ਦੀ ਇੰਡੀਆ 'ਚ ਸ਼ੁਰੂਆਤ ਹੈ। ਕੋਈ ਇਹੋ ਜਿਹਾ ਕੰਮ ਨਾ ਕਰ ਬੈਠੀ ਕਿ ਪੌੜੀ ਤੇ ਪਹਿਲਾਂ ਪੈਰ ਰੱਖਦਿਆਂ ਹੀ ਤੇਰਾ ਪੈਰ ਫਿਸਲ ਜਾਏ। ਰੈਸਟ ਅਸ਼ੋਰ ਡੈਡੀ, ਆਪਣੇ ਪੁੱਤਰ ਤੇ ਭਰੋਸਾ ਰੱਖੋ, ਇਹੋ ਜਿਹਾ ਕੁਝ ਨਹੀਂ ਹੋਏਗਾ। ਆਈ ਲਾਈਕ ਦਿਸ ਸਪਿਰਿਟ, ਵੈਰੀ ਗੁੱਡ, ਵੈਰੀ ਗੁੱਡ। ਦੇਖ ਪੁੱਤਰ, ਤੂੰ ਅੱਜ ਸੁਪਰੀਮ ਕੋਰਟ ਜਾ ਜੀ, ਉੱਥੇ ਜੈਨ ਸਾਹਿਬ ਨੂੰ ਮਿਲ, ਬੜਿਆਂ ਦਿਨਾਂ ਤੋਂ ਤੈਨੂੰ ਮਿਲਣਾ ਚਾਹੁੰਦਾ। ਇਹ ਅੱਜ ਕਿਧਰੇ ਵੀ ਨਹੀਂ ਜਾ ਸਕਦਾ। ਕਿਉਂ? ਮੈਂ ਕਹਿ ਰਹੀ ਹਾਂ, ਨਹੀਂ ਤੁਸੀਂ ਕਿਧਰੇ ਜਾਓਗੇ? ਅਸੀਂ ਵੀ ਕਿਧਰੇ ਨਹੀਂ ਜਾਵਾਂਗੇ ਤੇ ਫਿਰ ਕਰਾਂਗੇ ਕੀ? ਲੱਗਦਾ ਅੱਜ ਮੰਮੀ ਨੇ ਸ਼ਾਪਿੰਗ ਕਰਨੀ। ਨਹੀਂ ਨਹੀਂ, ਸ਼ਾਪਿੰਗ ਨਹੀਂ ਕਰਨੀ, ਮੈਂ ਤੇਰੇ ਵਾਸਤੇ ਅੱਜ ਕੁੜੀ ਵੇਖਣ ਚੱਲੀ ਹਾਂ। ਉਹ ਸੋਹਨ ਲਾਲ ਜੀ ਦੀ ਕੁੜੀ ਹੈ ਨਾ, ਉਹਨਾਂ ਦੇ ਘਰ। ਜੀ ਤੁਸੀਂ ਤੈਅ ਕਰ ਹੀ ਲਿਆ ਤੇ ਫਿਰ ਮੈਂ ਕੀ ਕਰ ਸਕਦਾ, ਜਿੱਦਾਂ ਤੁਹਾਡੀ ਮਰਜ਼ੀ, ਮੈਂ ਜ਼ਰਾ ਫਰੈਸ਼ ਹੋ ਗਿਆ। ਦੇਖ ਸੁਸ਼ੀਲਾ, ਸਾਡਾ ਮੁੰਡਾ ਲੱਖਾਂ 'ਚੋਂ ਇੱਕ ਹੈ, ਇਹਦੇ ਵਾਸਤੇ ਸਾਨੂੰ ਇੱਕ ਤੋਂ ਇੱਕ ਵੱਧ ਕੁੜੀ ਮਿਲ ਸਕਦੀ। ਤੁਸੀਂ ਪਹਿਲਾਂ ਹੀ ਇਹ ਕਿਉਂ ਸੋਚ ਰਹੇ ਹੋ ਕਿ ਸੋਹਨ ਲਾਲ ਜੀ ਦੀ ਬੇਟੀ
ਸਾਡੇ ਪ੍ਰਵੀਨ ਲਈ ਠੀਕ ਨਹੀਂ ਹੈਗੀ। ਤੁਸੀਂ ਉਹਨੂੰ ਦੇਖਿਆ? ਨਹੀਂ, ਦੇਖਿਆ ਤਾਂ ਨਹੀਂ। ਫਿਰ ਇੱਕ ਵਾਰੀ ਉਹਨਾਂ ਨੂੰ ਮਿਲ ਲੈਂਦੇ ਹਾਂ, ਕੁੜੀ ਦੇਖ ਲੈਂਦੇ ਹਾਂ। ਜੇ ਸਾਨੂੰ ਕੁੜੀ ਪਸੰਦ ਨਹੀਂ ਆਈ ਤਾਂ ਅਸੀਂ ਨਹੀਂ ਕਰਾਂਗੇ ਰਿਸ਼ਤਾ, ਕੋਈ ਜ਼ਬਰਦਸਤੀ ਥੋੜ੍ਹਾ। ਚੰਗਾ, ਜਿਹਦੇ ਤੁਹਾਡੀ ਖੁਸ਼ੀ ਨਹੀਂ ਉਹਦੇ ਵਿੱਚ ਮੇਰੀ ਵੀ ਖੁਸ਼ੀ। ਮੈਂ ਹੁਣੇ ਮਨਪ੍ਰੀਤ ਨਾਲ ਗੱਲ ਕਰਦੀ ਹਾਂ। ਹਾਂ ਕਰ। ਹੈਲੋ ਸੁਸ਼ੀਲਾ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਸ ਰੱਬ ਦੀ ਮਿਹਰਬਾਨੀ ਹੈ ਜੀ। ਹਾਂਜੀ, ਹਾਂ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਜੀ। ਹਾਂ ਹਾਂ, ਪੁੱਛਣਾ ਕੀ ਹੈ? ਤੁਸੀਂ ਜਦ ਚਾਹੋ ਆ ਸਕਦੇ ਹੋ, ਤੁਹਾਡਾ ਆਪਣਾ ਘਰ ਹੈ। ਮੈਂ ਤਾਂ ਕਹਿੰਦੀ ਹਾਂ ਲੰਚ 'ਤੇ ਹੀ ਆ ਜਾਓ। ਹਾਂਜੀ ਠੀਕ ਹੈ ਜੀ। ਹਾਂ ਹਾਂ ਮੈਂ ਦੱਸ ਦਿਆਂ। ਅੱਛਾ ਜੀ, ਸਤਿ ਸ਼੍ਰੀ ਅਕਾਲ। ਇੰਨੀ ਛੇਤੀ ਗੱਲ ਬਣ ਗਈ, ਹੁਣ ਕੀ ਕਰਾਂ? ਸਵੇਰੇ ਤਾਂ ਦਫ਼ਤਰ ਚਲੇ ਗਏ, ਭਾਉ ਜੀ ਨੂੰ ਦੱਸਦੀ ਹਾਂ। ਮੇਰਾ ਵੀ ਦਿਮਾਗ ਖਰਾਬ ਹੋ ਗਿਆ, ਦੁਪੱਟਾ ਤਾਂ ਲੈ ਲਾਂ ਸਰ 'ਤੇ। ਜੱਸੀ, ਜੱਸੀ, ਜਸਵੀਰ ਵੇਖ ਮੈਂ ਪਿੰਕੀ ਹਾਂ। ਤੂੰ ਕੁਝ ਬੋਲਦਾ ਕਿਉਂ ਨਹੀਂ? ਕੀ ਹੋਇਆ ਤੈਨੂੰ? ਜਸਵੀਰ ਉੱਠ। ਕੁਛ ਬੋਲ ਹੀ ਨਹੀਂ ਰਿਹਾ। ਮੈਨੂੰ ਕੁਝ ਨਹੀਂ ਹੋਇਆ, ਇਹ ਠੀਕ ਹੈ। ਮੈਂ ਇਹਦੇ ਦੁੱਧ ਵਿੱਚ ਨੀਂਦ ਦੀ ਗੋਲੀ ਮਿਲਾਤੀ ਸੀ। ਉਹ ਕਿਉਂ ਮੰਮੀ? ਤਾਂ ਕਿ ਆਰਾਮ ਕਰ ਸਕੇ ਔਰ ਸੌਂ ਜਾਏ। ਹੁਣ ਕੀ ਹੋਵੇਗਾ ਮੰਮੀ? ਹੋਣਾ ਕੀ ਹੈ, ਇਹਦੇ ਪਿਓ ਨੂੰ ਫੋਨ ਕਰ, ਆ ਕੇ ਆਪਣੇ ਪੁੱਤ ਦੀ ਕਰਤੂਤ ਦੇਖੇ ਤੇ ਲੈ ਜਾ ਇਹਨੂੰ ਇੱਥੋਂ। ਮੰਮੀ ਤੁਸੀਂ ਇਹਨੂੰ ਇਸ ਹਾਲਤ ਵਿੱਚ ਜਾਣ ਦਿਓਗੇ? ਤੇ ਕੀ, ਇਹਨੂੰ ਇੱਥੇ ਰੱਖੀ ਰੱਖ। ਦੇਖ ਜਿਹੜੀ ਸਾਰੀ ਰਾਤ ਤੂੰ ਇਹਦੀ ਖਿਦਮਤ ਕੀਤੀ ਹੈ ਨਾ, ਦੇਖੀ ਇਹਨੇ ਜ਼ਰਾ ਆਸਾਨ ਨਹੀਂ ਮੰਨਣਾ ਇਹਦਾ। ਮੈਨੂੰ ਤਾਂ ਇਹ ਸ਼ੱਕ ਹੈ ਤੇਰੇ ਤੇ ਕੋਈ ਇਲਜ਼ਾਮ ਹੀ ਨਾ ਲਾ ਦੇ। ਇਲਜ਼ਾਮ? ਕਿਹੜਾ ਇਲਜ਼ਾਮ? ਇਹੀ ਕਿ ਤੂੰ ਇਹਨੂੰ ਆਪ ਹੀ ਇੱਥੇ ਸੱਦਿਆ ਹੋਣਾ। ਪਰ ਇਹ ਤੇ ਗਲਤ ਹੈ ਮੰਮੀ, ਮੈਂ ਤਾਂ ਇਹਨੂੰ ਇੱਥੇ ਨਹੀਂ ਬੁਲਾਇਆ। ਪਰ ਤੇਰੀ ਗੱਲ ਮੰਨੇਗਾ ਕੌਣ? ਜੇ ਯਕੀਨ ਨਹੀਂ ਆਉਂਦਾ ਤੇ ਫੋਨ ਕਰਕੇ ਦੇਖ ਲੈ। ਬਚਣ ਵਾਲੇ ਨੇ ਇਹ ਪਿਓ ਤੇ ਪੁੱਤਰ ਤੇ ਮੈਨੂੰ ਪਾਗਲ ਕਰ ਦੇਣਗੇ। ਪਿਓ ਅੱਧੀ ਦੀ ਰਾਤ ਨੂੰ ਘਰ ਆਉਂਦਾ ਹੈ ਤੇ ਪੁੱਤਰ ਉਹਦੇ ਤਾਂ ਕੁਛ ਠਿਕਾਣਾ ਹੀ ਨਹੀਂ, ਪਤਾ ਨਹੀਂ ਆਇਆ ਵੀ ਹੈ ਕਿ ਨਹੀਂ। ਹੇ ਵਾਹਿਗੁਰੂ, ਆਪਣਾ ਮਿਹਰ ਭਰਿਆ ਹੱਥ ਮੇਰੇ ਪਰਿਵਾਰ ਦੇ ਸਿਰ ਤੇ ਰੱਖੀ। ਹੈਲੋ
ਹਾਂਜੀ 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 ਹਾਂ ਜੱਸੀ ਕੀ ਹੋ ਰਿਹਾ? ਸਵੇਰੇ ਸਵੇਰੇ ਮੇਰੇ ਘਰ ਰੋਣ ਦੀ ਆਵਾਜ਼ ਕਿੱਥੋਂ ਆ ਰਹੀ ਹੈ? ਹੈਲੋ ਹਾਂਜੀ ਕੀ ਹੋਇਆ ਮੇਰਾ ਪੁੱਤਰ ਨੂੰ? ਹਾਂਜੀ ਇੱਕ ਮਿੰਟ, ਉਹ ਕੀ ਕਹਿ ਰਹੇ? ਅਮੀ ਇੱਕ ਮਿੰਟ ਚੁੱਪ ਹੋ ਜਾ। ਆਏ ਜੱਸੀ ਕੀ ਹੋ ਗਿਆ? ਡੈਡੀ ਕੀ ਉਹ ਕੁਝ ਬੋਲਨੇ ਕੀ ਵੀ ਸਹੀ ਕੀ ਹੋ ਗਿਆ? ਮੈਂ ਕੀ ਬੋਲਾਂ, ਮੈਂ ਤੁਹਾਨੂੰ ਸਵੇਰੇ ਤੋਂ ਕਹਿ ਰਹੀ ਸੀ ਪਰ ਮੇਰੀ ਕੋਈ ਸੁਣਿਆ ਨਹੀਂ। ਉਹ ਤੇਰਾ ਤਾਂ ਦਿਮਾਗ ਖਰਾਬ ਹੋ ਗਿਆ, ਕੋਈ ਦੱਸਣ ਕੀ ਵੀ ਸਹੀ ਕਿ ਨਹੀਂ ਕੁਝ? ਡੈਡੀ ਜਸਵੀਰ ਦਾ ਐਕਸੀਡੈਂਟ ਹੋ ਗਿਆ। ਹਾਏ ਓਏ ਮੇਰੇ ਰੱਬਾ, ਉਹ ਕਿੱਥੇ ਹੋ ਗਿਆ? ਉਹ ਹੁਣੋਂ ਠੀਕ ਹੈ, ਉਹ ਥੋੜੀ ਜਿਹੀ ਸੱਟ ਲੱਗੀ ਹੈ ਸਿਰ 'ਚ ਜਿਸ ਨਾਲ ਉਹਨੂੰ ਕਾਫੀ ਕਮਜ਼ੋਰੀ ਆ ਗਈ। ਹਾਏ ਮੇਰਾ ਪੁੱਤਰ, ਤੂੰ ਦੱਸ ਮੈਨੂੰ ਕਿੱਥੇ ਆਓ? ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਨਾਮ ਸ਼੍ਰੀ ਵਾਹਿਗੁਰੂ, ਏਕ ਓਂਕਾਰ ਸ਼੍ਰੀ ਵਾਹਿਗੁਰੂ। ਬਾਉ ਜੀ ਤੁਸੀਂ ਸੁਣਿਆ? ਕੀ ਗੱਲ ਹੈ ਪੁੱਤਰ? ਬਾਉ ਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ, ਤੁਸੀਂ ਸੁਣੋਗੇ ਨਾ ਤੁਸੀਂ ਵੀ ਖੁਸ਼ ਹੋ ਜਾਓਗੇ। ਅੱਛਾ, ਪਰ ਗੱਲ ਕੀ ਹੈ? ਬਾਉ ਜੀ ਸੁਸ਼ੀਲਾ ਭੈਣ ਜੀ ਦਾ ਫੋਨ ਆਇਆ ਸੀ। ਸੁਸ਼ੀਲਾ? ਕੌਣ ਸੁਸ਼ੀਲਾ? ਉਹ ਸਾਡੇ ਵਕੀਲ ਸਾਹਿਬ ਨਹੀਂ ਹੈ ਰਤਨ ਚੰਦ ਜੀ, ਉਹਨਾਂ ਦੀ ਘਰਵਾਲੀ ਸੁਸ਼ੀਲਾ। ਰੱਬ ਕਰੇ ਗੱਲ ਸਿਰੇ ਚੜ ਜਾਏ। ਤੂੰ ਸੋਨ ਲਾਲ ਨਾਲ ਗੱਲ ਕੀਤੀ? ਨਹੀਂ ਬਾਉ ਜੀ, ਪਹਿਲੇ ਤੁਹਾਨੂੰ ਹੀ ਦੱਸਣ ਆ ਗਈ, ਬਸ ਹੁਣੇ ਫੋਨ ਕਰਨ ਲੱਗੀ ਆ। ਠੀਕ ਹੈ, ਕਦੋਂ ਆ ਰਹੇ ਨੇ ਉਹ? ਬਾਉ ਜੀ ਅੱਜ ਸ਼ਾਮੀ ਆਉਣ ਵਾਸਤੇ ਕਹਿ ਰਹੇ ਨੇ। ਅੱਛਾ ਅੱਛਾ, ਆਪਾਂ ਸਾਰੇ ਚੱਲਾਂਗੇ। ਗੋਬਿੰਦ ਗਿਆ ਦਫ਼ਤਰ? ਹਾਂ ਬਾਉ ਜੀ, ਕੱਲ੍ਹ ਕੋਈ ਕੰਸਾਈਨਮੈਂਟ ਜਾਣਾ ਹੈ, ਇਸ ਕਰਕੇ ਛੇਤੀ ਚਲੇ ਗਏ ਅੱਜ ਦਫ਼ਤਰ। ਸੁੱਖ ਵੀ ਨਾਲ ਗਈ ਹੈ। ਪੁੱਤਰ ਤੂੰ ਗੋਬਿੰਦ ਦਾ ਦਫ਼ਤਰ ਟੈਲੀਫੋਨ ਕਰਕੇ ਉਹਨੂੰ ਕਹਿ ਦੇ ਕਿ ਦਫ਼ਤਰੋਂ ਸਿੱਧਾ ਘਰ ਆ ਜਾਏ, ਆਪਾਂ ਸਾਰੇ ਇੱਥੋਂ ਇਕੱਠੇ ਹੀ ਚੱਲਾਂਗੇ। ਬਸ ਬਾਉ ਜੀ ਹੁਣੇ ਫੋਨ ਕਰਨੀ ਆ। ਤੇ ਨਾਲੇ ਪੁੱਤਰ ਸੋਨ ਲਾਲ ਦੇ ਘਰ ਖਬਰ ਤਾਂ ਕਰ ਦੇ। ਬਾਉ ਜੀ ਹੁਣੇ ਫੋਨ ਕਰਨ ਹੀ ਲੱਗੀ ਆ। ਨਹੀਂ ਨਹੀਂ, ਤੂੰ ਇਸ ਤਰ੍ਹਾਂ ਕਰਕੇ ਫੋਨ ਇੱਥੋਂ ਹੀ ਕਰ, ਮਿਲਾ ਕੇ ਮੈਨੂੰ ਦੇ, ਮੈਂ ਗੱਲ ਕਰ ਲਵਾਂ। ਠੀਕ ਹੈ ਬਾਉ ਜੀ, ਇੱਥੋਂ ਹੀ ਕਰਨੀ ਆ। ਅੱਛਾ ਅੱਛਾ। ਜੀ ਕੋਈ ਚੁੱਕ ਨਹੀਂ ਰਿਹਾ ਟੈਲੀਫੋਨ, ਇਹ ਕਿਵੇਂ ਹੋ ਸਕਦਾ ਹੈ? ਕੋਈ ਨਾ ਕੋਈ ਤਾਂ ਕਰ ਹੋਣਾ ਚਾਹੀਦਾ ਹੈ। ਕੱਟੀ ਤਾਂ ਜਾ ਰਹੀ ਹੈ ਪਰ ਤੂੰ ਇਸ ਤਰ੍ਹਾਂ ਕਰ, ਸੋਨ ਦੇ ਮੋਬਾਈਲ ਤੇ ਟਰਾਈ ਕਰ। ਹਾਂ ਠੀਕ ਹੈ। ਜੀ ਮਾਈਕ ਵੀ ਆਫ ਹੈ। ਚੱਕਰ ਕੀ ਹੈ? ਚਲੇ ਸਾਰੇ ਸਵੇਰੇ ਸਵੇਰੇ ਕਰ। ਅੰਦਰ ਜਾ ਕੇ ਦੇਖ ਲੈ, ਸਹੀ ਸਲਾਮਤ ਸੁੱਤਾ ਪਿਆ ਤੇਰਾ ਪੁੱਤ। ਅਜਾ ਕੀ ਹਾਲ ਹੋ ਗਿਆ ਮੇਰੇ ਗੱਭਰੂ ਜਵਾਨ ਪੁੱਤਰ ਦਾ?
कुछ नहीं, ज्यादा खून बहन नाल कमजोरी आ गई सी, दर्द घट करन लई नींद दी गोली दित्ती, इसलिए सुत्ता पिया। नी कपतिए, तां तू है ओ चुड़ैल जिहड़े मेरे बच्चे दी जान नूं चिमड़ गई। बोल बोल की खोल के पिला दिता मेरे पुत्र नूं, बोल की खबरदार जे मेरी धी दे अगे हाथ चुकिया तां। ओए ओए कुछ ते अपनी उम्र दा ख्याल कर, ओए जवान कुड़ी तू अपने घर विच फंदा करवानी है ते सुन लाल, अपनी जबान नूं लगाम दे। ए ना होवे मैनू तैनू बाहर दा रस्ता उवें विखाना पवे जिवें तू मैनू विखाया सी। मम्मी चुप कर। नहीं हाय हाय जी, तेना दी बेशर्मी ते वेखो, मुंडे नूं घर सुला रख्या है ते सती सावित्री होर दा टोन कर रही है। थाने च रिपोर्ट नहीं कराई मेरे घर दे अगे दारू पी के हंगामा करन दी, नहीं ते इस वेले तू मेरे घर नहीं थाने जां अस्पताल च बैठी। बहुत बहुत शुक्र है तेरा, बहुत बहुत शुक्र है। देख लिया ही अपने एहसान का बदला, एहो जे ने लोग। पुत भूल जा, तू भी भूल जा, भूल जा पुत, और कोई चारा नहीं। पापा मैं बड़े दिनों तो तुहाडे नाल कोई गल करना चाहती सी, बट यू वर सो बिजी कि मैं टाल दी रही। बीबा सानू पता ही नहीं कि साड़ी बेटी कोल कोई हिजी गल भी है जिन्हों दसन लई उसनू इन्ने दिन तक इंतजार करना पे। की करा पापा, गल ही कुछ एहो जी सी। तू राहुल दे बारे गल करना चाहती है? एग्जैक्टली पापा, पर तुहानू किवें पता चलिया? तेरा पापा तेनू छोटी तो वड्डी हुंदे वेख्या, तू कद की सोचदी है की कहंदी है मैनू सब पता हुंदा। फिर भी पापा दसो ना तुहानू किवें पता चलिया? इट्स वेरी सिंपल, मैं जानना कि राहुल तो इलावा तेरे कोल अजिही होर कोई गल हो ही नहीं सकती जिन्हों करन दे खातिर तू मेरे मूड ते फुर्सत दा इंतजार करे। एम आई राइट? पापा यू आर जीनियस। पापा किसदा? लेकिन सुख राहुल दे बारे मैं भी तेरे गल करना चाहता सी। तुसी राहुल दे बारे दसो ना प्लीज। नहीं पहले तू दस। पापा राहुल MBA करना चाहता है, क्यों नहीं तुसी अपनी फर्म दी तरफों उन्हें स्पॉन्सर कर देंदे? ये तू दी सिफारिश कर रही है या उहदा नाम प्रपोज कर रही है? Well, Rahul is a talented and deserving candidate. S लई सिफारिश कर रही हूँ, पर personally उन्हें जानती भी हूँ, S करके propose भी कर रही हूँ। Well, proposal भी तेरी ते सिफारिश भी तेरी ते फिर कुछ ना कुछ तो सोचने पाए। Thank you पापा। तुसी भी राहुल दे बारे कुछ गल करना चाहते सी ना? कहना तो बहुत कुछ चाहता सी लेकिन हुण दी जरूरत नहीं। ओ क्यों? कहना तो मैं बहुत कुछ चाहता सी पर मैनू नहीं लगता कि हुण उहदा कोई फायदा है। फिर भी एनीवे सुख तू ऐ कर राहुल नूं बुला ले, गल कर लेंगे, देख लेंगे हां कि तेरी प्रपोजल डिजर्विंग है या फिर मैनूं सिफारिश ते काम करना पएगा। यकीनन मेरा प्रपोजल ही दमदार है, मेरी सिफारिश तां उहनूं धक्का लाउण लई है। गोविंद हां 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 पहुंच जावांगे। हां भाई पहुंच जावांगे, गए होने के आ जाएंगे। ओके किदा फोन सी? तेरी मम्मी दा। प्रवीण आज विमल नु देखने जा रहा है ते सानू सब नु बुलाया। रियली? लेकिन सोन लाल जी ते घर कोई भी नहीं, कोई फोन नहीं चक रहा, पता नहीं किधर चले गए। नाम तू जरा आ, 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 आ,
हेलो हेलो सुनीता, मैं तुलसी बोल रही हूँ। हाँ बोलो बहन जी। सुनीता आज मेरी ओटी च ड्यूटी है, मैं आ नहीं सकूंगी, तो जरा प्लीज संभाल ली। कोई गल नहीं, मैं संभालूंगी। पर गल की हो गई कि तबीयत खराब है? हाँ आज ही तो कोई गल नहीं। तो फिर की पिंकी? नहीं नहीं पिंकी भी ठीक है। फिर की होया? तेनू की दसा मैं, सब ठीक तो है ना? पता नहीं ठीक है या गलत। हुन दसो भी। अच्छा जे कहो ते मैं आ जावा। नहीं नहीं तेरे आन की कोई लोड़ नहीं। राती ना सोन लाल दा पुत्र जसवीर दारू पी के आ गया सी। हाय रब्बा, उन्हें कोई हंगामा तो नहीं किता? नहीं ओदा स्कूटर ना साढ़े घर दे अगे स्लिप कर गया ते वो जख्मी हो गया। मैं ते पिंकी उन्हें चुक के अंदर ले आई, सारी रात इत्थे रहा। हुणे ना सोन लाल ते ओदी बीवी उन्हें लैके गए ने। हे भगवान, इसे करके ना राती सौ नहीं सके। हाँ सुनीता मैनु तेरे नाल एक काम भी है, घर जांदे होए जरा इधरों हो जाए। ठीक है आ जावांगी। अच्छा एक कहानी इन्नी आसानी नाल खत्म नहीं होएगी। हुण तुसी की करोगे सोन लाल जी? देख रहे हो रंग पंजाबी।